श्रीकाल आदाब नमस्कार दोस्तों, मैं प्रभजोत एक बार फिर तो हाजिर हो गया जी तोड़ा अपना शो लैके जिस दिन आया जी सैर इन पंजाब से। अच्छा आप सैर करन आ गए हैं जी सरहदी शहर फिरोजपुर शहर की जी। फिरोजपुर शहर जी बहुत ही ब्यूटीफुल शहर है जी सैर करने के लिए। इतने बहुत सारिया इतिहासिक जगहवां ने देखने घूमन। तो इस वक्त मैं जिथे तो लैके आई हुई हाँ जी वह है जी हज़रत पीर बाबा शेर शाह वाली जी की इतिहासिक दरगाह जी। फिरोजपुर वासियों का जी बहुत सारा विश्वास बहुत सारा भरोसा इस दरगाह के नाल जुड़िया होया है जी। बहुत इतिहासिक दरगाह है। तो अज आप अपने प्रोग्राम का आगाज़ करना है जी इस इतिहासिक पवित्र दरगाह के उत्ते नतमस्तक हो गए तो फिर मैं तुम्हें करावगी जी पूरे फिरोजपुर शहर की सैर मेरे नाल। आ जाओ फिर शहर की सैर करते करते मैं आ पहुंची हाँ जी
कैरल कॉन्वेंट स्कूल के बाहर जी मैं सुनया फिरोजपुर शहर का यह बेस्ट स्कूल है जी जिथे कि स्टूडेंट्स जोड़े ने बहुत ही इंटेलीजेंट ने और स्टूडेंट्स न जी इंटरनेशनल लैवल दैसिलिटीज़ दी जा इंटरनेशनल लैवल की एजुकेशन दी जाती है जी और जनरल एजुकेशन के नाल नाल जी बच्चों अपनी संस्कृति के नाल भी जोड़िया जाता है। तो आ जाओ फिर आप चल के वेखते हैं कि बच्चे की कर रहे हैं तो नाले मैं थोड़ा करवानी हाँ जी कैरल कॉन्वेंट स्कूल की सैर मेरे नाल कम भाई कैरल कॉन्वेंट स्कूल की तो गलबात ही हो रही है जी। फिरोजपुर शहर के स्कूल बनया हुआ जी, इसकी जी बिल्डिंग बनी हुई है बहुत ही कमाल की है जी, बच्चों नू पूरी फैमिली वर्गा माहौल दिता जाता है। तो इस अलावा मैं थोड़ा जी दस दें जी इस स्कूल के अंदर ना एनुअल फंक्शन हो रहा है, आप हूँ चलते हैं जी ऑडिटोरियम करते हैं इंजॉय फंक्शन, आ जाओ फिर मेरे नाल। मेरा राजीव शर्मा, मिसेज राबिया शर्मा, प्रिंसिपल, समूह स्टाफ मेंबर की तरफ से आप सभी का हार्दिक अभिनंदन। सो लेट्स स्टार्ट आवर एनुअल फंक्शन इन द फॉर्म ऑफ प्रेयर सीकिंग ब्लेसिंग फ्रॉम आवर गणपति। Oh,
ओके मतलब ਤੁਹਾਡਾ ਇੱਥੇ ਬੱਚਾ ਕਿਹੜੀ ਕਲਾਸ ਵਿੱਚ ਪੜਦਾ ਹੈ ਮੇਰੀ ਭਤੀਜੀ 5th ਕਲਾਸ ਵਿੱਚ ਓਕੇ ਤੁਹਾਡੀ ਭਤੀਜੀ ਨੇ ਫਿਰ ਨਾਈਸ ਪੜਦੀ ਹੈ ਓਕੇ ਤੇ ਤੁਹਾਨੂੰ ਮੈਨੂੰ ਦੱਸੋ ਕਿ ਕੈਰਲ ਕਨਵੈਂਟ ਸਕੂਲ ਦੇ ਵਿੱਚ ਕੀ ਖਾਸੀਅਤ ਲੱਗਦੀ ਹੈ ਬਹੁਤ ਅੱਛਾ ਸਕੂਲ ਹੈ ਇਵਨ ਜੋ ਕਿ ਮੈਂ ਵੀ ਇੱਥੇ ਪੜਾਇਆ ਹੋਇਆ ਹੈ ਓਕੇ ਹਾਂਜੀ ਮੈਂ ਇੱਥੇ ਐਜ਼ ਅ ਟੀਚਰ ਮੈਂ ਵੀ ਲੱਗੀ ਰਹੀ ਹਾਂ ਔਰ ਬਹੁਤ ਅੱਛਾ ਹੈ ਬੱਚਿਆਂ ਦਾ ਕੰਫੀਡੈਂਸ ਜਿਹੜਾ ਹੈ ਉੱਭਰ ਕੇ ਸਾਹਮਣੇ ਆ ਰਿਹਾ ਔਰ ਪੜ੍ਹਾਈ ਦੇ ਵਿੱਚ ਬਹੁਤ ਅੱਛਾ ਹੈ ਕੇਅਰਿੰਗ ਹੈ ਸਭ ਬਹੁਤ ਬਹੁਤ ਸਟਾਫ ਜਿਹੜਾ ਸਾਰਾ ਸਟਾਫ ਹੈ ਸਰ ਮੈਮ ਰਾਬੀਆ ਮੈਮ ਬਹੁਤ ਕੇਅਰਿੰਗ ਹੈ ਬਹੁਤ ਅੱਛਾ ਸਕੂਲ ਹੈ ਆਲ ਦਾ ਫੈਸਿਲਿਟੀਜ਼ ਐਜੂਕੇਸ਼ਨਲ ਕੋ ਕਰਿਕੂਲਰ ਈਚ ਐਂਡ ਐਵਰੀਥਿੰਗ ਕੀਰਤਨ ਸਾਰਿਆਂ ਦੀ ਬਹੁਤ ਕਰਤੀ ਸਾਰਿਆਂ ਨੇ ਅਸੀਂ ਇਹਨਾਂ ਨੂੰ ਵਧਾਈ ਦੇਣੀ ਚਾਹਾਂਗੇ ਇਹਨਾਂ ਨੇ ਨਵਾਂ ਬਿਲਡਿੰਗ ਤਿਆਰ ਕੀਤੀ ਉੱਤੇ ਓਕੇ ਉਹਦੇ ਲਈ ਵਧਾਈ ਦੇਵਾਂਗੇ ਉਹਨਾਂ ਨੂੰ ਤੇ ਬਹੁਤ ਅੱਛੀ ਬਿਲਡਿੰਗ ਤਿਆਰ ਕਰ ਰਹੇ ਨੇ ਓਕੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਦੇ ਗਏ ਠੀਕ ਹੈ ਜੇ ਗੱਲ ਕਰੀਏ ਜੀ ਇਹਨਾਂ ਦੀ ਮਤਲਬ ਐਜੂਕੇਸ਼ਨ ਬਾਰੇ ਇਸ ਸਕੂਲ ਦੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਆ ਅੱਛੀ ਮਿਹਨਤ ਕਰਾਉਂਦੇ ਨੇ ਕਿਤਾਬੀ ਕੀੜੇ ਨਹੀਂ ਬਣਾਉਂਦੇ ਇਦਾਂ ਵੀ ਆਪਣੇ ਆਪ ਬੱਚਾ ਗੇਨ ਕਰਦਾ ਹੈ ਓਕੇ ਕ੍ਰੈਮਿੰਗ ਠੀਕ ਹੈ ਹਾਂਜੀ ਮੈਮ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੁੰਦੀ ਕਿ ਮਾਈ ਐਲਡਰਸ ਸਨ ਇਸ ਸਟੱਡੀਿੰਗ ਇਨ ਕੈਰਲ ਇਨ ਸੈਂਟ ਜੋਸ ਸਕੂਲ ਐਂਡ ਯੰਗਰ ਸਨ ਇਸ ਸਟੱਡੀਿੰਗ ਇਨ ਸਕੂਲ ਐਂਡ ਵਨ ਬਿਗੇਸਟ ਡਿਫਰੈਂਸ ਬਿਟਵੀਨ ਸੀਨ ਬੋਥ ਦੀ ਸਕੂਲ ਇਜ਼ ਕਿ ਸੈਂਟ ਜੋਸ ਸਕੂਲ ਇਟ ਜਸਟ ਸੈਲੀਬ੍ਰੇਟਸ ਦੀ ਫੈਸਟੀਵਲ ਆਫ ਕ੍ਰਿਸਮਸ ਦੈਟ ਇਜ਼ ਦ ਓਨਲੀ ਵਨ ਇਜ਼ ਅ ਕ੍ਰਿਸਮਸ ਬਟ ਇਨ ਦਿਸ ਸਕੂਲ ਆਈ ਵੁੱਡ ਲਾਈਕ ਟੂ ਐਪਰੀਸ਼ੀਏਟ ਦੈਮ ਕਿ ਦੇ ਆਰ ਸੈਲੀਬ੍ਰੇਟਿੰਗ ਈਚ ਐਂਡ ਐਵਰੀ of India. That's the big thing. It inculcates the habit of oneness and unitedness in the children and it also learns them for good rituals. ਕੈਰਲ ਕਨਵੈਂਟ ਸਕੂਲ ਦਾ ਐਨੂਅਲ ਫੰਕਸ਼ਨ ਜੀ ਇੰਜੋਏ ਕਰਨ ਤੋਂ ਬਾਅਦ ਜੀ ਸਾਰੇ ਬੱਚਿਆਂ ਦਾ ਟੈਲੈਂਟ ਵੇਖਣ ਤੋਂ ਬਾਅਦ ਹੁਣ ਮੈਂ ਮੌਜੂਦ ਹਾਂ ਜੀ ਕੈਰਲ ਕਨਵੈਂਟ ਸਕੂਲ ਦੇ ਪ੍ਰਿੰਸੀਪਲ ਮਿਸਟਰ ਰਾਜੇਸ਼ ਸ਼ਰਮਾ ਜੀ ਦੇ ਨਾਲ ਹੈਲੋ ਸਰ ਹਾਊ ਆਰ ਯੂ ਫਾਈਨ ਥੈਂਕ ਯੂ ਮੈਮ ਸਰ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕੈਰਲ ਕਨਵੈਂਟ ਸਕੂਲ ਨੂੰ ਸਟੈਬਲਿਸ਼ ਹੋਏ ਨੂੰ ਕਿੰਨਾ ਚਿਰ ਹੋ ਚੁੱਕਾ ਹੈ ਮੈਮ ਐਸੇ ਹੈ ਕਿ ਹਮਨੇ ਇੱਕ ਕਮਰੇ ਸੇ ਸਟਾਰਟ ਕੀਆ ਥਾ ਇਸਕਾ ਸਫਰ ਕੈਰਲ ਕਨਵੈਂਟ ਸਕੂਲ ਕਾ ਸਭਸੇ ਪਹਿਲੇ ਹਮਨੇ ਘਰ ਸੇ ਆਪਣਾ ਕੈਰਲ ਕਿੰਡਰਗਾਰਟਨ ਕੇ ਨਾਮ ਸੇ ਸ਼ੁਰੂ ਕੀਆ ਥਾ ਇਨ ਦਾ ਈਅਰ 2001 25th ਆਫ ਦਸੰਬਰ ਕੋ ਇੱਕ ਬੱਚੇ ਕੇ ਸਾਥ ਹਮਨੇ ਸ਼ੁਰੂਆਤ ਕੀ ਥੀ ਔਰ ਜੀਸਸ ਗੋਡ ਨੇ ਹਮੇਂ ਕਿਉਂਕਿ 25 ਕ੍ਰਿਸਮਸ ਡੇ ਵੀ ਥਾ ਔਰ ਜੀਸਸ ਨੇ ਹਮੇਂ ਬਹੁਤ ਸਾਰੀ ਬਲੈਸਿੰਗਸ ਦੀ ਔਰ ਅੱਜ ਇਸ ਮੁਕਾਮ ਪਰ ਪਹੁੰਚੇ ਹੈ ਕਿ ਕੈਰਲ ਕਨਵੈਂਟ ਸਕੂਲ ਨੇ ਆਪਣੀ ਤੀਸਰੀ ਬ੍ਰਾਂਚ ਵੀ ਸ਼ੁਰੂ ਕੀ ਹੈ ਫਿਰੋਜ਼ਪੁਰ ਮੱਲਾਂ ਵਾਲਾ ਰੋਡ ਪਰ ਔਰ ਇਹ ਕੈਰਲ ਕਨਵੈਂਟ ਸਕੂਲ ਜੋ ਹਮੇਂ ਓਪੋਜ਼ਿਟ ਗ੍ਰੀਨ ਮਾਰਕੀਟ ਮੇ ਹੈ ਇਹ ਸਕੂਲ ਹਮਨੇ 2006 ਮੇਂ ਸ਼ੁਰੂ ਕੀਆ ਥਾ ਇਸਕੀ ਸ਼ੁਰੂਆਤ ਕੀ ਥੀ ਕੋਈ 70-80 ਬੱਚੇ ਕੋ ਕਰੀਬ ਥੇ ਅੱਜ ਹਮਾਰੀ ਸਟਰੈਂਥ ਇਸ ਸਕੂਲ ਕੀ ਜੋ 600 ਕੇ ਉੱਪਰ ਹੋ ਚੁੱਕੀ ਹੈ ਓਕੇ ਸਰ ਮੈਂ ਕੁਝ ਪੇਰੈਂਟਸ ਦੇ ਨਾਲ ਵੀ ਗੱਲ ਕੀਤੀ ਉਹ ਬਹੁਤ ਖੁਸ਼ ਨੇ ਜੀ ਆਪਣੇ ਬੱਚਿਆਂ ਨੂੰ ਇੱਥੇ ਮਤਲਬ ਪੜਾ ਕੇ ਜਾਂ ਮਤਲਬ ਇਹ ਕੀ ਖਾਸ ਗੱਲ ਹੈ ਜੀ ਤੁਹਾਡੇ ਸਕੂਲ ਦੇ ਵਿੱਚ ਕਿ ਉਹ ਇੱਥੇ ਆਪਣੇ ਐਡਮਿਸ਼ਨ ਬੱਚਿਆਂ ਨੂੰ ਕਰਵਾਉਂਦੇ ਨੇ ਐਕਚੁਅਲੀ ਮੈਮ ਐਸੀ ਹੈ ਕਿ ਮਿਹਨਤ ਜੋ ਹੈ ਹਰ ਜਗ੍ਹਾ ਕੰਮ ਮੇ ਆਤੀ ਹੈ ਜਾਂ ਜੋ ਹੈਡਮਿਸਟ੍ਰੇਸ ਹੈ ਮਿਸਿਜ਼ ਰਾਬੀਆ ਸ਼ਰਮਾ ਉਨਕਾ ਜੋ ਕਿੰਡਰਗਾਰਟਨ ਬਲਾਕ ਹੈ ਸਭੀ ਪੂਰੇ ਫਿਰੋਜ਼ਪੁਰ ਸਿਟੀ ਐਂਡ ਕੈਂਟ ਮੇ ਔਰ ਸਰਾਊਂਡਿੰਗਸ ਏਰੀਆ ਮੇ ਬਹੁਤ ਨਾਮ ਹੈ ਉਨਕਾ ਬਹੁਤ ਮਿਹਨਤ ਵੋ ਕਰਵਾਤੇ ਹੈ ਟੀਚਰਸ ਵੀ ਹਮਾਰੇ ਬਹੁਤ ਮਿਹਨਤੀ ਹੈ ਲੇਕਿਨ ਇਹ ਹੈ ਕਿ ਉਨਕੇ ਜੋ ਫਰੰਟ ਪੇ ਜੋ ਹੈ ਰਾਬੀਆ ਸ਼ਰਮਾ ਜੋ ਮੈਮ ਕੰਮ ਕਰ ਰਹੇ ਹੈ ਵੋ ਉਸੀ ਕਾ ਰਿਜ਼ਲਟ ਹੈ ਕਿ ਪੇਰੈਂਟਸ ਚਾਹਤੇ ਹੈ ਕਿ ਹਮ ਆਪਣੇ ਬੱਚੋਂ ਕੋ ਰਾਬੀਆ ਮੈਮ ਕੇ ਪਾਸ ਭੇਜੇ ਅਪ ਬ੍ਰਿੰਗਿੰਗ ਕੇ ਲੀਏ ਕੋ ਬਹੁਤ ਟੈਲੈਂਟ ਵੋ ਨਿਖਾਰਤੇ ਹੈ ਹੈਂਡ ਰਾਈਟਿੰਗ ਕੇ ਉੱਪਰ ਬੱਚੋਂ ਕੀ ਸਟੱਡੀ ਕੇ ਉੱਪਰ ਹਰ ਚੀਜ਼ ਕੇ ਉੱਪਰ ਹਮ ਜ਼ੋਰ ਦੇਤੇ ਹੈ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਦੇ ਹੋ ਬਿਲਕੁਲ ਐਬਸੋਲੂਟਲੀ 100% ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣੇ ਤੁਸੀਂ ਸਟੂਡੈਂਟਸ ਜੋ ਅੱਜ ਕੀ ਡੇਟ ਮੇ ਸਕੂਲਸ ਮੇ ਹਰ ਤਰ੍ਹਾਂ ਕੀ ਫੈਸਿਲਿਟੀਜ਼ ਜੋ ਹੈ ਹਮ ਫਸਟ ਹਮਾਰਾ ਥਾ ਸਕੂਲ ਜਿਸ ਮੇ ਹਮਨੇ ਐਜੂਕਮ ਸਮਾਰਟ ਕਲਾਸ ਸ਼ੁਰੂ ਕੀਆ ਥਾ ਪੂਰੇ ਫਿਰੋਜ਼ਪੁਰ ਮੇ ਉਸਕੇ ਬਾਅਦ ਬਾਕੀ ਲੋਗੋਂ ਨੇ ਹਮੇ ਫੋਲੋ ਕੀਆ ਉਸਕੇ ਸਾਥ ਸਾਥ ਹਮਾਰੇ ਜੋ ਲੈਬਸ ਹੈ ਕੰਪਿਊਟਰ ਲੈਬ ਹੈ ਲਾਇਬ੍ਰੇਰੀ ਅਵੇਲੇਬਲ ਹੈ ਫਿਜ਼ਿਕਸ ਕੈਮਿਸਟਰੀ ਲੈਬੋਰੇਟਰੀਜ਼ ਅਵੇਲੇਬਲ ਹੈ ਔਰ ਬੱਚੋਂ ਕੇ ਖੇਲਨੇ ਕੇ ਲੀਏ ਬਿਗ ਗਰਾਊਂਡ ਵੋ ਵੀ ਅਵੇਲੇਬਲ ਹੈ ਔਰ ਸਮਾਲ ਗਾਰਡਨ ਜੋ ਹੈ ਬੱਚੋਂ ਕੇ ਲੀਏ ਜੋ ਡੇ ਟੂ ਡੇ ਲਾਈਫ ਮੇ ਉਨਕੀ ਜ਼ਰੂਰਤ ਪੂਰਾ ਕਰਤਾ ਹੈ ਵੋ ਸਭ ਕੁਛ ਅਵੇਲੇਬਲ ਹੈ ਓਕੇ ਇਹ ਤਾਂ ਹੋ ਗਈ ਐਜੂਕੇਸ਼ਨ ਦੀ ਗੱਲ ਜੀ ਸਰ ਐਕਸਟਰਾ ਐਕਟੀਵਿਟੀਜ਼ ਦੀ ਗੱਲ ਕਰੀਏ ਤਾਂ ਤੁਸੀਂ ਕੀ ਕੀ ਪ੍ਰੋਵਾਈਡ ਕਰਾਉਂਦੇ ਹੋ ਕੋਚਿੰਗ ਕੁਛ ਪ੍ਰੋਵਾਈਡ ਕਰਾਉਂਦੇ ਹੋ ਸਟੂਡੈਂਟਸ ਨੂੰ ਇੱਥੇ
बिल्कुल, बच्चों के लिए, उनकी अपब्रिंगिंग के लिए डे टू डे बेसिस पे जो एक्टिविटी हमें चाहिए, फिजिकल एक्सरसाइज के लिए मार्शल आर्ट कराटे उसके लिए भी हम अवेलेबल करवाते हैं। बच्चों के लिए स्विमिंग के लिए वो भी इंतज़ाम हम हमने कर रखा है, और स्विमिंग पूल था पहले, अब थोड़ा सा डिसमेंटल किया है, लेकिन उसको हम बिग लेवल पर आगे बनाने जा रहे हैं। तो ये फैसिलिटी जो है, और बच्चों के खेलने के लिए, बच्चों की स्लाइड्स, राइड्स, छोटे बच्चों के लिए जो चीज़ भी अवेलेबल होती है आज की डेट में मॉडर्न टेक्नोलॉजी के हिसाब से, सब कुछ अवेलेबल है। सर, सारे व्यूअर्स ने कोई मैसेज देना चाहोगे? जरूर, एब्सोल्युटली। मेरा सभी पेरेंट्स को यही हाथ जोड़ के विनती है कि वो थोड़ा सा पेशेंस रखें, टॉलरेंस रखें, क्योंकि छोटे बच्चे हैं, उनके हर चीज़ की पूरा करने के लिए, अपब्रिंगिंग के लिए, उनको सही मॉरल वैल्यूज़ देने के लिए टाइम थोड़ा लगता है, बच्चों को सेटलमेंट करने के लिए टाइम लगता है। तो रोम भी जैसे रातों रात नहीं बना था, ऐसे बच्चों की जो स्ट्रॉन्ग उनकी बेस बनाने के लिए हमें टाइम की रिक्वायरमेंट होती है, कम से कम 2-3 महीने लग जाते हैं बच्चे को सेटलमेंट के लिए, उसके बाद बच्चा प्रॉपर ट्रैक के ऊपर आता है और उसकी ये जो स्टडीज जो प्रॉपर आगे बढ़ती है। थैंक यू सो मच। थैंक यू वेरी मच। सो दोस्तों, ACG कैरल कॉन्वेंट स्कूल के प्रिंसिपल मिस्टर राजेश शर्मा जी ने नाल की थी अपन गलबात। हुन अपन चल रहे हैं जी फिरोजपुर शहर की सैर करते करते अगले वेन्यू पे। मैं परमिंदर सिंह थिंद, प्रेसिडेंट प्रेस क्लब फिरोजपुर, सैर इन पंजाब प्रोग्राम का बहुत धन्यवादी हाँ, जिन्होंने साडे शहर फिरोजपुर नूं अपने इस प्रोग्राम का हिस्सा बनाया। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜੀ ਇੰਟਰਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਡਿਜ਼ਾਈਨਿੰਗ ਲੈ ਕੇ ਆਇਆ ਜੀ ਉਹਨਾਂ ਸਟੂਡੈਂਟਸ ਦੇ ਲਈ ਗੋਲਡਨ ਓਪਰਚੁਨਿਟੀ, ਜਿਹੜੇ ਕਿ ਕਰੀਅਰ ਬਣਾਉਣਾ ਚਾਹੁੰਦੇ ਨੇ, ਆਪਣਾ ਬ੍ਰਾਈਟ ਫਿਊਚਰ ਬਣਾਉਣਾ ਚਾਹੁੰਦੇ ਨੇ ਜੀ ਫੈਸ਼ਨ ਡਿਜ਼ਾਈਨਿੰਗ ਵਰਗੇ ਪ੍ਰੋਫੈਸ਼ਨਲ ਸਬਜੈਕਟ ਦੇ ਵਿੱਚ। ਅਤੇ ਮੈਂ ਤੁਹਾਨੂੰ ਦੱਸਦਾ ਜੀ ਇਸ ਇੰਸਟੀਟਿਊਟ ਦੇ ਵਿੱਚ ਜੀ ਬੱਚਿਆਂ ਨੂੰ ਜੀ ਸਟੂਡੈਂਟਸ ਨੂੰ ਹਰ ਤਰ੍ਹਾਂ ਦੀ ਉਹ ਇੰਟਰਨੈਸ਼ਨਲ ਲੈਵਲ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਫੈਸ਼ਨ ਡਿਜ਼ਾਈਨਿੰਗ ਕਰੀਅਰ ਨੂੰ ਹੋਰ ਵੀ ਬ੍ਰਾਈਟ ਬਣਾ ਸਕਣ। ਆ ਜਾਓ ਜੀ ਫਿਰ ਚੱਲਦੇ ਹਾਂ ਇਸ ਇੰਸਟੀਟਿਊਟ ਦੇ ਅੰਦਰ ਅਤੇ ਦੇਖਦੇ ਹਾਂ ਕਿ ਬੱਚਿਆਂ ਨੂੰ ਕਿੱਦਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ ਅਤੇ ਨਾਲੇ ਮੈਂ ਤੁਹਾਨੂੰ ਕਰਾਉਂਦੀ ਹਾਂ ਇਸ ਇੰਸਟੀਟਿਊਟ ਦੀ ਸੈਰ ਮੇਰੇ ਨਾਲ। मैं इस वक्त आ गई हाँ जी INIFD दे स्टिचिंग एंड टेलरिंग डिपार्टमेंट के जी, जिथे कि बच्चों को स्टिचिंग एंड टेलरिंग की ट्रेनिंग दी जाती है जी। और इतने के स्टूडेंट्स मैं तुम्हें दस दें जी पूरी मेहनत के नाल काम करते हैं, और ये अपनी हस्तकला के नाल जी कोशिश करते हैं कि पूरी वर्ल्ड के विच अपना नाम कमा सकें।
डिजाइन दिखानी जी, कितने प्यारे डिजाइन से लड़कियां बना रही हैं ने, लुक है ना खूबसूरत भाई, बहुत मेहनत कर देने जी इतने स्टूडेंट्स, और इंशाल्लाह जी मतलब इन्हां दी मेहनत काम आवे, मेहनत रास आवे जी सब नूं। ਤੁਹਾਡਾ ਇੰਤਜ਼ਾਰ ਖਤਮ ਕਰਦੇ ਹੋਏ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ ਫਿਰੋਜ਼ਪੁਰ ਦੇ ਓਨਰ ਮਿਸਿਸ ਅੰਜੂ ਮਿੱਤਲ ਜੀ ਦੇ ਨਾਲ। ਹੈਲੋ ਮੈਮ। ਹੈਲੋ, ਹਾਊ ਆਰ ਯੂ? ਆਈ ਐਮ ਫਾਈਨ। ਮੈਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤੁਹਾਡਾ ਇੰਸਟੀਚਿਊਟ ਓਪਨ ਹੋਏ ਨੂੰ ਕਿੰਨਾ ਚਿਰ ਹੋ ਚੁੱਕਾ ਹੈ? ਇਹ 1999 ਤੋਂ ਓਪਨ ਹੋਇਆ ਸੀ। ਓਕੇ, ਹਾਂਜੀ ਠੀਕ ਹੈ, ਮਤਲਬ ਵੈਰੀ ਲੌਂਗ ਟਾਈਮ, ਮਤਲਬ ਇਹ ਹੋ ਗਿਆ 14 ਇਅਰਸ ਨੀਅਰ ਅਬਾਊਟ। ਹਾਂ ਹਾਂ, ਅਤੇ ਕਿਹੜੀਆਂ ਇੱਥੇ ਮਤਲਬ ਫੈਸਿਲਿਟੀਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਸਟੂਡੈਂਟਸ ਨੂੰ? ये एक्चुअली फैशन डिज़ाइनिंग का कोर्स एक फुल टर्म कोर्स है, 1 ईयर का है और 2 ईयर के कोर्सेज हैं, डिग्री कोर्सेज हैं। तो उसमें पूरा का पूरा एज अ सिलेबस आता है जिसमें स्टिचिंग, एम्ब्रॉयडरी, कटिंग, ड्राफ्टिंग एंड स्केचिंग एंड मर्चेंडाइजिंग वगैरह काफ़ी सब्जेक्ट्स हैं जो हम पूरे 1 ईयर में कवर करवाते हैं स्टूडेंट्स को। ओके, वैसे ये कि मोटिव लेके तुसी अपना बिजनेस स्टार्ट किया से? यही है कि मतलब यहाँ फिरोजपुर जो एक बैकवर्ड एरिया है तो उसमें हम स्टूडेंट्स को मतलब कि फैशन के बारे में अवेयर करवाने के लिए ही हमने ये मतलब सेंटर जो है ओपन किया था। और स्टूडेंट्स जो है मतलब बाहर जाते थे कोई फैशन डिज़ाइनिंग का कोर्स करने के लिए, तो हमारा मोटिव था कि क्योंकि ना स्टूडेंट्स को यहीं हमें हम यहीं मतलब फैसिलिटी प्रोवाइड करें जो स्टूडेंट्स बाहर ना जाकर यहीं पे फैशन डिज़ाइनिंग का कोर्स करें। ओके, इस तो अलावा होर की प्रोवाइड करवाने वाले थे स्टूडेंट्स? यही है कि बाकी हमारे जैसे एग्जीबिशंस लगती हैं, फैशन शोज़ होते हैं जिसमें हम मतलब नेशनल लेवल की मॉडल्स को जो है इनवाइट करते हैं। तो फिर जो है स्टूडेंट ने जो अपनी क्रिएटिविटी, अपना डिज़ाइंस बनाए होते हैं वो मतलब वो सारा शो करते हैं या मॉडलिंग करते हैं उसको उनको। सो मतलब स्टूडेंट्स की प्लेसमेंट्स करानी है, मतलब इट्स योर रिस्पॉन्सिबिलिटी? एज सच देखो, इसमें फैशन डिज़ाइनिंग में कुछ ऐसा नहीं है कि रिस्पॉन्सिबिलिटीज़ हमारी होती है, लेकिन ये फैशन फील्ड ही इतना वास्ट है कि इसमें आप इस कोर्स को करके फ्री बैठ ही नहीं सकते हो, अपना बुटीक खोल सकते हो या मर्चेंडाइजिंग लेवल पे जॉब कर सकते हो, फैक्ट्रीज में जॉब कर सकते हो, मतलब ये पूरा का पूरा फील्ड ही ऐसा है जिसमें आप फ्री नहीं हो सकते। ओके, कुछ फ्यूचर प्लान्स सोचे हैं आपने अपने? फ्यूचर प्लान्स तो यही है कि हम मतलब इस फैशन डिज़ाइनिंग उनको मतलब सेंटर को भी और फैशन डिज़ाइनिंग फील्ड को भी मतलब आगे ले जाना चाहते हैं कि स्टूडेंट्स जो है इसके बारे में अवेयर हों और फिरोजपुर में जो है लोग जो बैकवर्ड हैं लोग एरिया है, बैकवर्ड एरिया है वो मतलब थोड़ा सा डेवलप हो या कुछ। यही हमारा फ्यूचर। थैंक यू सो मच अंजू जी। सो दोस्तों, ACG इंटरनेशनल इंस्टीट्यूट ऑफ फैशन डिजाइनिंग फिरोजपुर दे ओनर मिसिस अंजू मित्तल जी जिन्हां नाल कीती आपां गलबात, उन्होंने आपां मैसेज दिता कि फैशन डिजाइनिंग दे वर्गे प्रोफेशनल सब्जेक्ट दे लई जी अवेयर होना बहुत जरूरी है जी स्टूडेंट्स दा। ते इस दे नाल ही आपां चल रहे हां जी फिरोजपुर शहर दी सैर करते करते अगले वेन्यू ते। लो जी दोस्तों, फिरोजपुर शहर की सैर करते करते मैं पहुंची हाँ फिरोजपुर कैंट ते उथे बनया होया जी मास्टर्स यूनिसेक्स सैलून एंड स्पा, जिथे कि तुहानू जी मैं दिलवाण वाली हाँ ब्यूटी एंड हेयर दे ढेर सारे टिप्स ते नाले मैं तुहानू कराउण वाली हाँ इस सैलून की सैर, मेरे नाल आ जाओ फिर। Thank you.
ਜ਼ਿੰਦਗੀ ਫਿਰ ਫਿਰੋਜ਼ਪੁਰ ਸ਼ਹਿਰ ਦੀ ਸੈਰ ਆਈ ਹੋਪ ਤੁਸੀਂ ਬਹੁਤ ਇੰਜੋਏ ਕੀਤਾ ਹੋਣਾ ਹੈ ਬਟ ਹੁਣ ਮੇਰਾ ਹੋ ਗਿਆ ਹੈ ਜੀ ਜਾਣ ਦਾ ਸਮਾਂ ਬਟ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਵੇਖਦੇ ਰਹੋ ਜੀ ਆਪਣਾ ਫੇਵਰੇਟ ਸ਼ੋਅ ਸੈਰ ਇਨ ਪੰਜਾਬ ਅਤੇ ਆਪਾਂ ਅਗਲੇ ਹਫ਼ਤੇ ਫਿਰ ਮਿਲਾਂਗੇ ਜੀ ਇੱਕ ਨਵੇਂ ਖੂਬਸੂਰਤ ਸ਼ਾਨਦਾਰ ਸ਼ਹਿਰ ਦੀ ਸੈਰ ਲੈ ਕੇ ਤਦ ਤੱਕ ਦੇ ਲਈ ਤੁਸੀਂ ਰੱਖਿਓ ਆਪਣਾ ਖਿਆਲ ਟੇਕ ਕੇਅਰ ਬਾਏ ਬਾਏ